ਤੇਰੀ ਸਰਨਾਈ ਆਇਆ। ਪ੍ਰਭ ਮਿਲੋ ਦੇਹੋ ਉਪਦੇਸਾ, ਮਾਨ ਨ ਕੀਜੈ ਸਰਨ ਪਰੀਜੈ, ਕਰੈ ਸੁਭਲਾ ਮਨਾਈਐ। ਸੁਣ ਮੀਤਾ ਜੀਉ ਪਿੰਡ ਸਭ ਤਨ ਅਰ ਪੀਜੈ, ਇਉ ਦਰਸ਼ਨ ਹਰ ਜੀਉ ਪਾਈਐ। ਅਯੋ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ, ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡਿਠਾ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ, ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡਿਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਰਵਣ ਕਰ ਰਹੇ ਸੀ ਸੂਰਠ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹੀ ਦਾ ਗੁਰਦੁਆਰਾ ਚੌਕ ਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਏਕ ਪਿਤਾ ਏਕ ਸਿਕੇ ਹਮਦਾਰਿਕ, ਤੂੰ ਮੇਰਾ ਗੁਰਹਾਈ, ਸੁਰਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਖਮਨੀ ਸਾਹਿਬ ਸ਼ਰਵਣ ਕਰੋਗੇ ਹੁਣ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਦੀਨ ਦੁਨਿਕੇ ਬਾਲਕ ਵਾਲੀਏ ਕੁਲ ਆਲਮ, ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਤ ਜੀਓ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਰਹਿਮਤ ਬਖਸ਼ਿਸ਼ ਹੋਈ ਕਿਰਪਾ ਕੀਤੀ ਹੈ। 2024 ਦੀ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਜਿਹੜੀ ਉਹ ਪ੍ਰਾਰੰਭ ਹੋ ਰਹੀ ਹੈ। ਮਹਾਰਾਜ ਜੀ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਸਰੂਪ ਨਿੱਜ ਅਸਥਾਨਾਂ ਤੋਂ ਪ੍ਰਕਾਸ਼ ਅਸਥਾਨਾਂ 'ਤੇ ਆਏ ਹਨ। ਮਹਾਰਾਜ ਜੀ ਬਿਰਾਜਮਾਨ ਹੋ ਗਏ ਹਨ। ਸਤਿਗੁਰਾਂ ਨੇ ਗੁਰੂ ਵਾਕ ਬਖਸ਼ਿਸ਼ ਕੀਤਾ ਹੈ। ਸੋ ਜਿੰਨੀਆਂ ਵੀ ਸੰਗਤਾਂ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਵਾਸਤੇ ਆਈਆਂ ਹਨ, ਮਹਾਰਾਜ ਕਿਰਪਾ ਕਰਨ, ਦਰੋ ਕਰੁਣਾ ਦਾਨ, ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ। ਜਿਹੜੀਆਂ ਸੰਗਤਾਂ ਲਾਈਵ ਟੈਲੀਕਾਸਟ ਰਾਹੀਂ PTC ਸਿਮਰਨ ਰਾਹੀਂ ਆਪਣੇ ਘਰਾਂ ਵਿੱਚ ਦੇਸਾਂ ਪ੍ਰਦੇਸਾਂ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਅਸਥਾਨ ਦੇ ਦਰਸ਼ਨ ਕਰ ਰਹੀਆਂ ਹਨ, ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀਆਂ ਮਨੋਭਾਵਨਾਵਾਂ ਸੰਪੂਰਨ ਕਰਨ, ਚੜ੍ਹਦੀਆਂ ਕਲਾ ਕਰਨ। ਸੋ ਸੰਗਤਾਂ ਨੂੰ ਬੇਨਤੀ ਹੈ, ਹੁਣ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣਗੇ ਅਤੇ ਉਪਰੰਤ ਕੀਰਤਨ ਹੋਵੇਗਾ, ਫਿਰ
ਦੂਸਰੀ ਅਰਦਾਸ ਜਿਹੜੀ ਉਹ 12:15 ਵਜੇ ਹੋਵੇਗੀ ਅਤੇ ਆਪ ਜੀ ਨੇ ਪ੍ਰਬੰਧਕਾਂ ਦਾ ਪ੍ਰਸ਼ਾਸਨ ਦਾ ਸੇਵਾਦਾਰਾਂ ਦਾ ਆਪ ਜੀ ਸਹਿਯੋਗ ਕਰੋ। ਬੜੀ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਸਤਿਗੁਰਾਂ ਨਮਸਕਾਰ ਕਰਕੇ ਅਤੇ ਮਹਾਰਾਜ ਜੀ ਤੋਂ ਖੁਸ਼ੀਆਂ ਲਾਓ। ਪ੍ਰਾਤ ਪ੍ਰਸ਼ਾਦ ਦੀਆਂ ਦੇਗਾਂ ਦਾ ਵਰਤਾਰਾ ਹੋਣ ਲੱਗਾ ਹੈ ਬਾਹਰ ਜਿਹਨਾਂ ਗੇਟਾਂ ਵੱਲੇ, ਅਤੇ ਜਿਹੜੀਆਂ ਸੰਗਤਾਂ ਨੇ ਨਮਸਕਾਰ ਕਰ ਲਿਆ ਉਹ ਸਮੇਂ ਸਿਰ ਜਾਣ ਦੀ, ਕਿਉਂਕਿ ਰਸਤੇ ਵਿੱਚ ਸੰਗਤ ਕਾਫੀ ਅੱਜ ਅਤੇ ਅਸੀਂ ਕਹਿ ਨਹੀਂ ਸਕਦੇ ਤੁਸੀਂ ਜਾਓ, ਪਰ ਬੇਨਤੀ ਆ ਵੀ ਥੋੜ੍ਹੀ ਜਿਹੀ ਆਪਣੇ ਕੋਲ ਜਗ੍ਹਾ ਅੱਜ ਕੱਲ੍ਹ ਬਰਫ ਆ, ਅਤੇ ਆਪ ਜੀ ਜਿਹੜੀਆਂ ਸੰਗਤਾਂ ਨੇ ਜਾਣਾ ਚਾਹੁੰਦੀਆਂ ਹਨ ਉਹ ਪ੍ਰਾਤ ਪ੍ਰਸ਼ਾਦ ਦੀਆਂ ਦੇਗਾਂ ਲੈ ਕਰਕੇ ਅਤੇ ਉਹ ਗੁਰਦੁਆਰਾ ਗੋਬਿੰਦਘਾਟ ਸਾਹਿਬ ਨੂੰ ਜਾਂ ਗੁਰਦੁਆਰਾ ਗੋਬਿੰਦ ਧੰਮ ਸਾਹਿਬ ਨੂੰ ਚਾਲੇ ਪਾਓ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੰਗਤ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।